ਵੱਡੀ ਗਿਣਤੀ ਮਹਿਲਾਵਾਂ ਅਤੇ ਪਿੰਡ ਵਾਸੀਆਂ ਨੇ ਡਾਕਖਾਨੇ ਦੇ ਕਰਮਚਾਰੀਆਂ 'ਤੇ ਪੈਨਸ਼ਨ ਨਾ ਦੇਣ ਦਾ ਦੋਸ਼ ਲਾਉਂਦੇ ਹੋਏ ਨਾਇਬ ਤਹਿਸੀਲਦਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸੇ ਤਾਂ ਇਹੀ ਹੈ ਜੀ, ਸਾਨੂੰ ਪੈਨਸ਼ਨ ਮਿਲਣੀ ਚਾਹੀਦੀ ਸਿੱਧੇ ਸਾਰ ਹੀ। ਕਈ ਕਈ ਪੈਨਸ਼ਨਾਂ ਸਾਡੀਆਂ ਰੱਖ ਰੱਖੀਆਂ ਨੇ, ਅਸੀਂ ਤਾਂ ਇਹ ਫਿਰਦੇ ਹਾਂ ਬਿਲਕੁਲ। ਦੋ ਤਿੰਨ ਮਹੀਨੇ ਤਾਂ ਸਹੀ ਹੋ ਰਹੇ ਨੇ, ਚਾਹੇ ਪਛਾਟੀ ਵੀ ਕਿਤੇ ਮੰਗ ਤਾਂ ਇਹੀ ਹੈ ਜੀ, ਸਾਡੀ ਪੈਨਸ਼ਨ ਆਉਣੀ ਚਾਹੀਦੀ, ਦਰਵਾਜ਼ੇ ਆ ਜੇ ਕਿਤੇ ਆ ਜੀ, ਕੱਲ੍ਹ ਮਿਲਣੀ ਚਾਹੀਦੀ ਹੈ ਗਰੀਬਾਂ ਨੂੰ। ਸਾਨੂੰ ਪੈਨਸ਼ਨ ਬਾਰੇ ਆਇਆ ਤੁਹਾਡੇ ਦਾਣੀ ਜੀ ਟਾਈਮ ਨਾਲ, ਬੇਸ਼ਾਨੀ ਦੀ ਗਰਮੀ ਬੜੀ ਹੁੰਦੀ ਹੈ, ਪਤਾ ਬੁਰਾ ਹਾਲ ਹੋ ਜਾਂਦਾ, ਲੋਕ ਲੋਕ ਟੁੱਟ ਜਾਂਦਾ, ਫਿਰ ਹਫ਼ਤੇ ਪਿੱਛੋਂ ਆਇਆ ਜੇ, ਹਫ਼ਤੇ ਤੋਂ ਬਾਅਦ ਫਿਰ ਜਾਈਏ, ਫਿਰ ਅਗਲੇ ਹਫ਼ਤੇ ਆਏਗੀ ਤੁਹਾਡੀ, ਇਹ ਪਰੇਸ਼ਾਨੀ ਹੈ ਜੀ। ਗੁਰਨਾਮ ਇਹਦੇ ਮੰਗਦੇ ਸਾਡੀ ਬੈਂਕ 'ਚ ਲੱਗ ਜਾਏ ਪੈਨਸ਼ਨ, ਸਾਨੂੰ ਫਾਇਦਾ ਐ ਟੀ ਐਮ 'ਤੇ ਪੇਸ਼ ਹੋਇਆ ਜੀ। ਵਿਵਹਾਰ ਮੈਂ ਕੋਈ ਗਲਤੀ ਪਾਈ ਕਾਰਵਾਈ ਬਣੇਗੀ ਉਨ੍ਹਾਂ ਖਿਲਾਫ, ਠੀਕ ਹੈ। ਜੋ ਕੰਸਰਨ ਬੈਂਕ ਹੈ, ਜੋ ਡਿਪਾਰਟਮੈਂਟ ਜਿਸ ਕੋ ਪੈਨਸ਼ਨ ਦੇ ਰਿਹਾ ਹੈ, ਉਸੇ ਹਮ ਉਸਕੀ ਜਾਂਚ ਪੜਤਾਲ ਕਰਕੇ ਕਾਰਵਾਈ ਕਰੇਗੇ।